ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਬੁਰਜ ਨੱਥੂਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਾਈ ਕੁਲਦੀਪ ਸਿੰਘ ਹੁਣਾਂ ਦੇ ਕੋਲ ਆਏ ਹਾਂ। ਦੋਸਤੋ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵੀਰਦੀਆਂ ਪਾਈਆਂ ਨੇ, ਪਸ਼ੂ ਵਪਾਰ ਦਾ ਕਿੱਤਾ ਕਰਦੇ ਆ। ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਨਾਗ ਤੁਹਾਨੂੰ ਦਿਖਾਉਣੇ ਆ, 4 ਵਹਿੜਾਂ ਸਾਹਮਣੇ ਤੁਸੀਂ ਦੇਖ ਰਹੇ ਜੇ, ਤੇ 2 ਇੱਧਰ ਤੁਹਾਨੂੰ ਮੱਝਾਂ ਝੋਟੀਆਂ ਦਿਖਾਵਾਂਗੇ। ਇੱਕ ਝੋਟੀ ਬਿਲਕੁਲ ਤਾਜ਼ੀ ਸੂਈ ਹੈ ਦੋਸਤੋ, ਕੋਈ 1-2 ਦਿਨਾਂ ਦੇ ਵਿੱਚ ਸਮਾਂ, ਇੱਕ ਝੋਟੀ ਪੂਰੀ ਤਿਆਰੀ ਤੇ ਆ। ਉਹਨਾਂ ਦਾ ਦਿਨਾਂ ਦਾ ਆਪਾਂ ਵੇਰਵਾ ਲੈ ਲਾਂਗੇ ਕਿੰਨਾ ਕੁ ਸਮਾਂ ਹਜੇ ਬਾਕੀ ਆ। ਤੋਕੜ ਵਹਿੜਾਂ ਵੀ ਤੁਹਾਨੂੰ ਦੋਸਤੋ ਮਿਲ ਜਾਣਗੀਆਂ, ਉੱਚੇ ਬੱਚੇ ਦੇ ਵਿੱਚ ਕੋਈ 1-1.5 ਮਹੀਨੇ ਦੀ ਸੂਈ ਮਿਲ ਜੂਗੀ, ਤੇ ਤੋਕੜ ਗੱਭਣ ਵਹਿੜ ਮਿਲ ਜੂਗੀ। ਹਰ ਇੱਕ ਤਰ੍ਹਾਂ ਦੀ ਵਰਾਇਟੀ ਕੁਆਲਿਟੀ ਜਿਹੜੀ ਆ ਦੋਸਤੋ ਅੱਜ ਮੌਜੂਦ ਆ। ਰੇਟ ਭਾਅ ਪੜਤਾ ਬਿਲਕੁਲ ਜਾਇਜ਼ ਤੇ ਜੈਨੂਅਨ ਹੋਊਗਾ, ਠੀਕ ਹੈ ਜੀ। ਸੋ ਵੀਡੀਓ ਦੇ ਵਿੱਚ ਆਪਾਂ ਪਸ਼ੂ ਨੂੰ ਖੋਲ ਕੇ, ਤੋਰ ਕੇ, ਬਾਕੀ ਪੂਰੀ ਇਨਫੋਰਮੇਸ਼ਨ, ਰੇਟ ਭਾਅ ਪੜਤਾ, ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ, 1 ਜੁਲਾਈ, ਤੇ ਸਮਾਂ ਕੋਈ ਮਾਰਨਿੰਗ ਦੇ 11 ਵਜੇ ਦਾ। ਆਓ ਕਰਦੇ ਹਾਂ ਵਧੇਰੇ ਬਾਤਚੀਤ, ਕਰਦੇ ਹਾਂ ਗੱਲਬਾਤ ਵੀਰ ਕੁਲਦੀਪ ਦੇ ਨਾਲ। ਸਭ ਤੋਂ ਪਹਿਲਾਂ ਵੀਰ ਕੁਲਦੀਪ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤ ਸਾਹਿਬ, ਹੋਰ ਠੀਕ ਠਾਕ ਜੀ? ਬਹੁਤ ਵਧੀਆ ਕੁਲਦੀਪ ਬਾਈ। ਹਾਂਜੀ, ਕਿਰਪਾ ਬਾਬੇ ਨਾਲ ਕੇ ਚੱਲੀ ਦਾ। ਚਲੋ, ਸ਼ੁਕਰ ਆ ਮਾਲਕ ਦਾ। ਤੇ ਅੱਛਾ ਵੀਰ ਕੁਲਦੀਪ, ਪਸ਼ੂ ਅੱਜ ਆਪਣੇ ਕੋਲ ਟੋਟਲ 5 ਕਨਾਗ ਨੇ। ਹਾਂ, 6 ਆ, 6 ਆ, 4 ਗਾਵਾਂ ਤੇ 4 ਗਾਵਾਂ ਤੇ 2 ਮੱਝਾਂ ਝੋਟੀਆਂ ਆਪਣੇ ਕੋਲ। ਵੈਸੇ ਸਾਰੇ ਦੁੱਧ ਤੇ ਚੱਲਣ ਵਾਲੇ ਆ, ਇੱਕ ਝੋਟੀ ਨੂੰ ਛੱਡ ਕੇ ਗੱਭਣ ਨੂੰ। ਹਾਂ, ਇੱਕੋ ਹੀ ਗੱਭਣਾ। ਠੀਕ ਆ ਜੀ, ਬਾਕੀ 5 ਸਵੇ। ਠੀਕ ਆ ਜੀ। ਲਓ ਦੋਸਤੋ, ਪਹਿਲਾਂ ਆਪਾਂ ਪੂਰੀ ਡਿਟੇਲ ਜਿਹੜੀ ਆ, ਪੂਰੀ ਜਾਣਕਾਰੀ ਆ, ਉਹ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਇਹਨਾਂ ਵਹਿੜਾਂ ਦੀ ਤੁਹਾਨੂੰ ਦੇ ਦੇਵਾਂਗੇ। ਉਸ ਤੋਂ ਬਾਅਦ 2 ਝੋਟੀਆਂ ਬੜੀਆਂ ਸੋਹਣੀਆਂ ਖਰੀਆਂ ਝੋਟੀਆਂ ਨੇ, ਇਹ ਵੀ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ, ਝੋਟੀਆਂ ਤੁਹਾਨੂੰ ਦਿਖਾ ਦਾਂਗੇ, ਠੀਕ ਆ ਜੀ। ਬਾਕੀ ਜਿਹੜੇ ਵੀ ਫਾਰਮਰ ਵੀਰ ਨੂੰ ਪਸੰਦ ਆਊਗੀ, ਗੱਭਣ ਝੋਟੀ ਆਪਣੀ ਚੌਂ ਥਣਾਂ ਦੀ ਤਿੱਪ ਕੇ ਸੂਈ ਸਵਾਈ 2 ਟਾਈਮ ਚੋ ਕੇ ਤਸੱਲੀ ਕੀਤੀ ਜਾਵੇ। ਆਓ ਕਰਦੇ ਹਾਂ ਸ਼ੁਰੂਆਤ, ਲੈਂਦੇ ਹਾਂ ਪੂਰੀ ਡਿਟੇਲ। ਤੇ ਕੁਲਦੀਪ, ਸਭ ਤੋਂ ਪਹਿਲਾਂ ਵੀਰ ਵਹਿੜਾ ਵਾਲੇ ਪਾਸਿਓਂ ਆਪਾਂ ਸ਼ੁਰੂਆਤ ਕਰ ਲਈਏ। ਹਾਂਜੀ, ਆ ਵਹਿੜ ਤੋਂ ਇਸ ਵਹਿੜ ਦੀ ਕੀ ਡਿਟੇਲ ਆ ਜੀ? ਇਹ ਚੌਗੀ ਆ, ਮੂੰਹੋਂ ਪਹਿਲੇ ਸੂਏ। ਠੀਕ ਆ ਜੀ। ਹਾਂਜੀ, ਇਹ ਸੂਆ ਪਹਿਲਾ ਮੂੰਹੋਂ 4 ਦੰਦ। ਹਾਂ, ਸਮੇਂ ਕਿੰਨੇ ਕੁ ਦੀ ਸੂਈ ਆ? ਸੂਈ ਬੱਚਾ ਲਾਲੇ 20 ਦਿਨਾਂ ਦਾ, ਕੋਈ ਲਾਲੇ ਮਹੀਨੇ ਦਾ। ਅੱਛਾ ਜੀ, ਘਰ ਵਾਲੇ ਦਿੰਦੇ 20 ਦਿਨਾਂ ਦਾ, ਆਪਾਂ ਮਹੀਨੇ ਦਾ ਕਰਕੇ ਲਈ। ਅੱਛਾ ਜੀ, ਮਗਰ ਬੱਚਾ ਮਗਰ। ਲਓ ਜੀ, ਆ ਮਗਰ ਬੱਚਾ ਦੋਸਤੋ, ਕੋਈ ਮਹੀਨੇ ਦਾ, ਕੋਈ 20 ਦਿਨਾਂ ਦਾ, ਕੋਈ 25 ਦਾ, ਆਪਦੀ ਸਮਝ ਨਾਲ ਵੇਖ ਲਿਓ। ਬੱਚਾ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤਾ। ਆ ਲਓ ਜੀ, ਮੂੰਹੋਂ 4 ਦੰਦ, ਪਹਿਲਾਂ ਪਲੂਣ ਇਹ ਵਹਿੜ ਸੂਈ ਆ। ਤੇ ਵੀਰ ਕੁਲਦੀਪ, ਇਹਦੇ ਥੱਲੇ ਹੁਣ ਦੁੱਧ ਕਿੰਨਾ ਚਵਾ ਦਾਂਗੇ? ਦੁੱਧ 12 ਕਿਲੋ ਹੋਊਗਾ ਤਿਆਰ ਹੋਣੇ ਦੇ। 12 ਕਿਲੋ? ਹਾਂ, ਤਿਆਰ। ਅੱਛਾ ਜੀ। ਹਾਂ, ਆਪਣੇ ਕੋਲ ਵੈਸੇ ਕਿੰਨੇ ਕੁ ਦਿਨ ਹੋ ਗਿਆ ਜੀ? ਆਪਣੇ ਤੋਂ ਪਰਸੋਂ ਆਈ। ਪਰਸੋਂ? ਹਾਂਜੀ। 2 ਟੰਗ ਜਿਹੜੀ ਚੋਗੇ ਪੂਰੇ, 2-3 ਟੰਗ ਆਪਾਂ ਚੋਲੀ ਆ, ਅਕਾਊਂਟ ਹੋ ਗਿਆ 12 ਕਿ ਲੀਟਰ ਹੈਗਾ। ਹਾਂ, ਤੇ ਚੋਣ ਆਪਾਂ 11 ਕਰਕੇ ਦੇ ਦਾਂਗੇ ਭਾਵੇਂ ਇਦਾਂ ਕੋਈ ਲੈ ਜੇ। ਚੋਣ ਚਣ ਕਿਵੇਂ ਚੌਂ ਥਣਾਂ ਦੀ? ਚੋਣ ਚੋਂ ਲੋਕੇ। ਠੀਕ ਹੈ ਜੀ। ਥਣਾਂ ਦੀ ਆਪਾਂ ਅੱਗੇ ਵੀ ਆ ਵੀ ਥਣਾਂ ਦੀ ਗਰੰਟੀ ਹੋਊ, ਜੇ ਵੱਧ ਘੱਟ ਕੋਈ ਹੋਊ ਤੇ ਪਹਿਲਾਂ ਦੱਸਾਂਗੇ ਵੀ ਵੱਧ ਘੱਟ ਆ ਥਣ। ਦੋਸਤੋ, ਪਹਿਲਾਂ ਹੀ ਡਿਟੇਲ ਜਿਹੜੀ ਦੱਸ ਦਿੱਤੀ ਜਾਊਗੀ, ਕਿਸੇ ਥਣ ਦੇ ਵਿੱਚ ਵੱਧ ਘੱਟ ਧਾਰਾਂ ਹੋਣਗੀਆਂ ਉਹ ਪਹਿਲਾਂ ਨੋਟ ਕਰਾ ਦਿੱਤਾ ਜਾਊਗਾ, ਇੱਥੇ ਆਣ ਕੇ ਕੋਈ ਖੱਜਲ ਖਰਾਬ ਨਾ ਹੋਊਗਾ ਬਾਕੀ ਥਣ ਤੋਂ। ਤੇ ਆਹ ਤੁਸੀਂ ਵੇਖੋ, ਮੁੱਠੀ ਥਣਾ ਹੱਥੀ ਚਵਾਈ ਲਾ ਥਣ ਲੱਗਾ ਬੈਠ ਨੂੰ, ਤੇ 12 ਲੀਟਰ ਚੋਗੇ ਮੇਰਾ ਭਰਾ ਕੋਈ ਤਸੱਲੀ ਕਰ ਸਕਦਾ। ਤੇ ਹਜੇ ਵੀ ਕੁਲਦੀਪ, ਚਵਾਈ ਅਜੇ ਹੋਣੀ ਬਾਕੀ ਆ? ਹਾਂਜੀ, ਅਜੇ ਚਵਾਈ ਡੱਕੀ ਆ ਮੋਰਨਿੰਗ? ਹਾਂ, ਡੱਕੀ ਆ ਚਵਾਈ। ਠੀਕ ਹੈ ਜੀ। ਤੁਸੀਂ ਆਹਨਾ 8:30 ਆ ਜਾਣਾ ਤਾਂ ਕਰਕੇ। ਠੀਕ ਹੈ ਜੀ। ਹਾਂ, ਹੁਣ ਦੋਸਤੋ ਕਈ ਵਾਰ ਥੋੜਾ ਜਿਹਾ ਆਪ ਵੇਲੇ ਨਾ ਆਉਣਾ ਹੁੰਦਾ, ਉਸ ਕਰਕੇ ਚਵਾਈ ਡਕਾ ਦਈਦੀ ਆ। ਫਿਲਹਾਲ ਥੋੜਾ ਜੱਗਾ ਪਿਛਾ ਹੋ ਗਿਆ, ਟਾਈਮ ਹੁਣ 11 ਵਜੇ ਦਾ। ਤੇ ਜਿਹੜਾ ਕੋਈ ਮੇਰਾ ਵੀਰ ਵੀਡੀਓ ਵੇਖ ਕੇ ਤੇ ਆਊਗਾ, ਉਸ ਟਾਈਮ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਵੀ ਥੋੜੀ ਲੇਟ ਕਿਸੇੜ ਚਵਾਈ ਹੋ ਸਕਦੀ ਆ, ਪਰ ਫਿਰ ਵੀ ਤੁਸੀਂ ਟਾਈਮ ਤੋਂ ਟਾਈਮ ਆਪਣੀ 2 ਟਾਈਮ ਚੋ ਕੇ ਤਸੱਲੀ ਕਰ ਲਿਓ, ਠੀਕ ਆ। ਤੇ 12 ਕਿਲੋ ਇਸ ਵਕਤ ਦੇ ਥੱਲੇ ਦੁੱਧ, ਹਾਈਟ ਜਿਹੜਾ ਕੱਦ ਦੀ ਗੱਲ ਕਰ ਲਈਏ ਤੇ ਸੋਹਣੇ ਕੱਦ ਵਿੱਚ ਆ ਵੱਛੀ, ਜਿਵੇਂ ਪਹਿਲਣ ਵੱਛੀ ਆ, ਕੱਦ ਕੁੱਦ ਸੋਹਣਾ, ਜੇ ਸੁਗੇ ਤਾਂ ਬੜੀ ਤਗੜੀ ਬਣ ਜੂਗੀ, ਮੀਡੀਅਮ ਹਾਈਟ ਤੋਂ ਪਾਸ ਆਏ। ਹਾਂ, ਬਾਕੀ ਵਿਰਲਾ ਵੰਡਾ ਵੇਖੋ, ਆਪਸੀ ਥਣਾਂ ਦੀਆਂ ਬਹੁਤ ਪਿਆਰੀਆਂ ਵਿਰਲਾ ਵੰਡਾ ਨੇ, ਥਣ ਤੇ ਦੂਜੇ ਬੜੀ ਸੋਹਣੀ ਸਪੇਸਮੈਂਟ ਤੇ ਥਣ ਲਗਾ ਦੇਖੋ। ਮੈਨੂੰ ਲੱਗਦਾ ਵੰਗਾ ਵੰਗਾ ਪਾਉਣ ਦੀ ਵੀ ਲੋੜ ਨਹੀਂ, ਆਪਾਂ ਇਦਾਂ ਚੋਲਿਆ ਭਾਵੇਂ ਵੰਗਿਆ ਚੋਲਾ ਆਵੇ। ਆਹ ਦੇਖੋ ਜੀ,
ਮੂੰਹੋਂ ਦੰਦੋਂ ਵੀ ਦੋਸਤੋ ਵਿਖਾਉਣੇ ਆ ਜੇਕਰ ਹੋ ਸਕਿਆ ਤੇ ਆ ਵੇਖੋ ਲਓ ਜੀ ਚੌਗੀ ਹੈ ਹਾਂ ਚਾਰ ਦੰਦ ਕੰਨੀ ਵਾਲੇ ਖੜੇ ਆ ਸਿੱਕੀ ਦੇ ਹਨ ਹਾਂ ਲਓ ਜੀ ਛੇਕ ਦੇ ਕੰਨੀ ਵਾਲੇ ਅਜੇ ਦੋਸਤੋ ਦੰਦ ਨਹੀਂ ਚੌਗੀ ਦੇ ਆ ਆ ਚਾਰ ਹੋਏ ਆ ਹਾਂ ਚਾਰ ਕੰਪਲੀਟ ਹੋ ਗਏ ਆ ਚਾਰ ਦੰਦ ਪੂਰੇ ਕਰ ਗਈ ਆ ਸੁਬਹਿਰ ਤੁਸੀਂ ਆ ਵੇਖ ਕੇ ਚੈੱਕ ਕਰੋ ਬਹੁਤ ਵਧੀਆ ਚੰਗੀ ਆ ਥਣ ਭਾਂਡਾ ਪਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦੁੱਧ 12 ਕਿਲੋ ਇਸ ਵਕਤ ਹਾਜ਼ਰ ਕੋਈ ਮਹੀਨੇ ਦੀ 25 ਦਿਨਾਂ ਦੀ ਸੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਰੇਟ ਪੁੱਛ ਲੈਣੇ ਕੁਲਦੀਪ ਰੇਟ ਕੀ ਕਰਨਾ ਵੀਰੇ ਦਾ ਰੇਟ ਦਾ 45,000 ਰੁਪਇਆ ਆ ਪਹੁੰਚ ਹੀ ਕਰਨੀ ਆਪਾਂ ਅੱਜ ਵਿੱਚ ਪੰਜਾਬ ਭਰ ਦੇ ਵਿੱਚ ਹਾਂ ਪੰਜਾਬ ਭਰ ਦੇ ਵਿੱਚ ਪਹੁੰਚ ਹੋਊਗੀ 45 ਚ ਹਾਂ 43,000 ਦੀ ਪਹੁੰਚ ਕਰ ਦਿਆਂਗੇ ਲਓ ਜੀ ਹਾਂਜੀ ਖੁੱਲੀਆਂ ਛੋਟਾਂ ਦੋਸਤੋ 43,000 ਦੇ ਵਿੱਚ ਡਾਇਰੈਕਟ ਤੁਹਾਡੇ ਘਰ ਤੱਕ ਜਿਹੜੀ ਆ ਪਹੁੰਚ ਹੋ ਜੂਗੀ ਹਾਂ 43,000 ਦੀ ਪਹੁੰਚ 43,000 ਦੀ ਪਹੁੰਚ ਆ ਸਾਰੇ ਪੰਜਾਬ ਭਰ ਦੇ ਵਿੱਚ ਚਾਹੇ ਕੋਈ ਵੀਰ ਪਠਾਨਕੋਟ ਬੈਠਾ ਹੈ ਚਾਹੇ ਕੋਈ ਅੰਬੋਰ ਬੈਠਾ ਹੈ ਚਾਹੇ ਇਧਰਲੇ ਪਾਸਿਓਂ ਕੋਈ ਚੰਡੀਗੜ੍ਹ ਵਾਲੀ ਸਾਈਡ ਬੈਠਾ ਠੀਕ ਹੈ ਜੀ ਇਹਦੇ ਦੁੱਧ 15 ਕਿਲੋ ਚ ਆਈ ਜਾਊਗੀ ਠੀਕ ਆ ਜੀ ਹਾਂ ਠੀਕ ਆ ਭਰਾ ਲਓ ਵੀ ਸੈਕੰਡ ਨੰਬਰ ਤੇ ਕੁਲਦੀਪ ਆਪਣੇ ਕੋਲ ਜਿਹੜੀ ਇੱਕ ਵੱਡੀ ਇੱਕ ਵੈੜ ਖੜੀ ਕਦਕੂ ਤੋਂ ਚੰਗਾ ਇਹਦਾ ਵੀ ਹਾਂ ਇਹ ਦੂਜਾ ਸੂਆ ਦੂਜਾ ਸੂਆ ਹਾਂ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਜੀ ਇਹਦੇ ਮਗਰ ਆ ਵੱਛੀ ਆ ਭਾਵੇਂ ਮਹੀਨੇ ਦੀ ਲਾ ਲੇ ਡੇਢ ਦੀ ਲਾ ਲੇ ਕੋਈ ਲਓ ਜੀ ਦੋਸਤੋ ਮਗਰ ਵੱਛੀ ਆ ਵੱਛੀ ਵੀ ਡੱਬੀ ਆ ਹਾਂ HF ਬ੍ਰੀਡ ਦੇ ਵਿੱਚ ਹੀ ਮਗਰ ਵੱਛੀ ਆ ਡੱਬੀ ਵੱਛੀ ਆ ਬਾਕੀ ਹੋਊਗਾ ਸੂਆ ਕੋਈ ਇੱਥੇ ਤੱਕ ਕੋਈ ਡੇਢ ਕੁ ਮਹੀਨੇ ਦਾ ਮੰਨ ਲੈ ਮੇਰਾ ਭਰਾ ਠੀਕ ਆ ਆ ਬੱਚਾ ਜੇ ਮਗਰ ਵੱਛੀ ਆ ਵਾਧੇ ਬੰਦੀ ਆ ਕੋਈ ਵਾਧੇ ਬੰਦੀ ਦੋ ਬਣ ਜਾਣੀ ਆ ਜੇ ਕਿਹਦੀ ਸੇਵਾ ਆਈ ਤੇ ਸਾਲ ਚੁੰਝ ਤਿਆਰ ਹੋ ਜਾਣਾ ਨਹੀਂ ਆਹਾ ਹਾਂ ਅੱਛਾ ਕੁਲਦੀਪ ਸੂਆ ਦੂਜਾ ਦੱਸਿਆ ਤੂੰ ਹਾਂ ਤੇ ਦੁੱਧ ਆਪਾਂ ਹੁਣ ਆਪਣੇ ਘਰੋਂ ਕਿੰਨਾ ਚਵਾਵਾਂਗੇ 14 ਕਿਲੋ ਦੁੱਧ ਹੋਊਗਾ 14 ਕਿਲੋ ਹਾਂ 14 ਕਿਲੋ ਦੁੱਧ ਤਿਆਰ ਹੋ ਚਾਹੇ ਕੋਈ ਲੀਟਰ ਮਾਰ ਲੈ ਚਾਹੇ ਕੋਈ ਮਿੰਤੀ ਗਿੰਤੀ ਵਾਲਾ ਜਿਤਨਾ ਮਰਜ਼ੀ ਕਰ ਲੈ ਲਓ ਵੀ ਥਾਣਾ 14 ਲੀਟਰ 14 ਲੀਟਰ ਦੋਸਤੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਹੋਊਗਾ ਬਾਕੀ ਥਾਣੇ ਨੂੰ ਵੀ ਕਰਮ ਵਾਲੀ ਨੂੰ ਉਹੋ ਜਿਹਾ ਲੱਗਾ ਜਿਹੜੀ ਪਹਿਲਾਂ ਦਿਖਾਈ ਹੈ ਤੁਹਾਨੂੰ ਬੜਾ ਸਵਾਦੀ ਥਾਣਾ ਮੁੱਠੀ ਥਾਣਾ ਬਾਕੀ ਤਾਂ ਬਾਈ ਗਾਂ ਜਿਹੜੀ ਉਹ ਥੰਤੇ ਹੀ ਹੁੰਦੀ ਆ ਆਹ ਦੇਖੋ ਜੀ ਇਹ ਥਾਣੀ ਨਿਗਾ ਨਿਗਾ ਆ ਫਿਰ ਫਾਇਦਾ ਹੀ ਹੋਈ ਨਹੀਂ ਦਾ ਲਓ ਵੀ ਬਹੁਤ ਸੋਹਣੀ ਸ਼ੇਪ ਆ ਦੋਸਤੋ ਥਣ ਦੀ ਤੇ ਮੋਟੇ ਥਾਣਾ ਹੱਥੀ ਚਵਾਈ ਵਾਲੇ ਥਾਣਾ 14 ਲੀਟਰ ਇਸ ਵੈੜ ਦੇ ਥੱਲੇ ਇਸ ਵਕਤ ਦੁੱਧ ਹਾਜ਼ਰ ਆ ਕੋਈ ਮੇਰਾ ਭਰਾ ਤਸੱਲੀ ਕਰ ਸਕਦਾ 2 ਡੰਮ ਚੋਗੇ ਜਾਂ 3 ਡੰਮ ਚੋਗੇ ਤੋ ਕੱਦ ਦੀ ਗੱਲ ਆ ਕੱਦ ਫੁੱਲ ਵੱਡਾ ਜਿੱਦਾਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਵੈੜਾਂ ਦਾ ਕੱਦ ਵੇਖਦੇ ਆ ਪੂਰਾ ਵੱਡਾ ਕੱਦ ਕਾਠਾ ਤੇ ਬੱਚਾ ਮਗਰ ਵੱਛੀ ਨੂੰ ਜਨਮ ਦਿੱਤਾ ਵੱਛੀ ਵੀ ਪੂਰੀ ਸਟੈਂਡਰਡ ਦੀ ਆ ਮਗਰ ਸੋ ਸੋਹਣੇ ਥਣ ਭਾਂਡੇ ਦੀ ਆ ਦੋਸਤੋ ਆਰਡਰ ਜਿੰਨਾ ਵੀ ਆ ਕੋਈ ਟੁੱਟਵਾਂ ਜਾਂ ਢਲਕਵਾਂ ਲੇਵਾ ਨਹੀਂਗਾ ਫਿਕਸ ਚੱਡਾ ਫਿਕਸ ਹਵਾਨੇ ਲੇਵੇ ਦੇ ਵਿੱਚ ਆ ਠੰਡੀ ਧੀਰੀਆ ਬੋਰੀ ਹੈ ਜੀ ਹਾਂਜੀ ਹਾਂਜੀ ਆ ਸੀਲ ਸਲੱਗ ਭਾਈ ਵੰਗਾ ਪਾਈ ਚੋਲਾ ਭਾਈ ਉਹਦੇ ਚੋਲਾ ਹਾਂ ਹਾਂਜੀ ਤੇ ਕੁਲਦੀਪ ਇਹ ਕਿੰਨੇ ਦੀ ਦੇ ਦਈਏ ਵੀਰ ਇਹ ਦੇ ਦਈਏ 60,000 ਦੀ ਦੋ ਛੱਡ ਦਾਂਗੇ 58 ਦੀ ਹਾਂ 58,000 ਚ ਪਹੁੰਚ ਘਰੇ ਲਓ ਜੀ 58,000 ਦੇ ਵਿੱਚ ਦੋਸਤੋ ਜਿੰਨੇ ਪਸ਼ੂ ਵੀ ਦਿਖਾਉਣੇ ਆ ਸਾਰਿਆਂ ਦੀ ਘਰ ਤੱਕ ਪਹੁੰਚ ਆ ਦੋਸਤੋ ਵਿੱਚੇ ਪਹੁੰਚ ਆ ਚਾਹੇ ਪੰਜਾਬ ਭਰ ਦੇ ਵਿੱਚ ਕਿਸੇ ਵੀ ਕੋਨੇ ਤੇ ਤੁਸੀਂ ਬੈਠੇ ਹੋ ਤੇ ਪੰਜਾਬ ਭਰ ਦੇ ਵਿੱਚ ਪਹੁੰਚ ਆ ਇਹ 58,000 ਦੇ ਵਿੱਚ ਮਿਲ ਜੂਗੀ 58,000 ਦੇ ਵਿੱਚ ਠੀਕ ਆ ਜੀ ਸੋ ਚਾਹਵਾਨ ਵੀਰ ਮੇਰੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਮਗਰ ਵੱਛੀ ਹੈ ਬੜੀ ਪਿਆਰੀ ਠੀਕ ਆ ਦੁੱਧ 14 ਕਿਲੋ ਇਸ ਵੈੜ ਦੇ ਥੱਲੇ ਅੱਛਾ ਕੁਲਦੀਪ ਅੱਗੇ ਆਪਣੇ ਕੋਲ ਜਿਹੜਾ ਨਾਗਾ ਖੜਾ ਤੀਜੇ ਨੰਬਰ ਤੇ ਜਰਸੀ ਆ ਗਈ ਇਹ ਤੇਲ ਆ ਇੱਕ ਤੁਹਾਨੂੰ ਤੇਲ ਆ ਹਾਂ ਗਾ ਲੈ ਤੁਹਾਨੂੰ ਉਹ ਤੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਹਾਂ ਪਰਲੇ ਬੰਨੇ ਵਾਲੀ ਆ ਲਓ ਵੀ ਆ ਲਾ ਆ ਥਾਂ ਦੋਸਤੋ ਉਲਟ ਬਹਿਣੀ ਵਾਲੀ ਸਾਈਡ ਸੀਗਾ ਜੀ ਇੱਕ ਬਹਿਣੀ ਬਾਈ ਵਾਲੀ ਸਾਈਡ ਤੋਂ ਇਹ ਤੇਲ ਆ ਅਗਲੇ ਥਾਂੋਂ ਤੇ ਬਾਕੀ ਤਿੰਨੇ ਥਾਂ ਪ੍ਰੋਪਰ ਵਰਤੇ ਜਿਹੜੇ ਤੁਸੀਂ ਪਰਲੇ ਬਣੇ ਦੇਖ ਰਹੇ ਹੋ ਤਿੰਨੇ ਓਕੇ ਹੋਣਗੇ ਆ ਜਿਹੜਾ ਅਗਲਾ ਥਾਂ ਠੀਕ ਆ ਜੀ ਇਹ ਸਾਨੂੰ ਤੇਲ ਆ ਤੇ ਇਹ ਨਾ ਵਖਾ ਹੀ ਦਿੰਨੇ ਆ ਮਾਰ ਦਿਓ ਧਾਰਾਂ ਬਾਕੀ ਆ ਲਓ ਜੀ ਆ ਬਾਕੀ ਸਾਰੇ ਧਾਰਾਂ ਮਾਰ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਆ ਮਗਰਲੇ ਥਾਂ ਦੀ ਚਵਾਈ ਆ ਜੀ ਆ ਉਲਟ ਬਹਿਣੀ ਵਾਲੇ ਥਾਂ ਦੇ ਮਗਰਲੇ ਥਾਂ ਦੀ ਚਵਾਈ ਆ ਆ ਜਿਹੜੇ ਤੁਹਾਨੂੰ ਤੇਲ ਆ ਜਿਹੜੀ ਅਗਲੇ ਤੁਹਾਨੂੰ ਦਿਖਾਵਾਂਗੇ
ਇਹ ਆਹ ਥਣ ਕੁਲਦੀਪ ਹੱਥ ਲਾ ਦਿਆ ਜੀ ਅਗਲੇ ਥਣ ਨੂੰ, ਆਹ ਥਣੋਂ ਤੇਲ ਲਾ, ਠੀਕ ਹੈ ਜੀ। ਠੀਕ ਹੈ ਭਰਾ ਜੀ, ਤੇ ਕੁਲਦੀਪ ਦੁੱਧ ਕਿੰਨਾ ਚਵਾ ਦਾਂਗੇ? 9 ਕਿਲੋ ਹੋਊਗਾ ਦੇਖੋ, 9 ਕਿਲੋ, ਹਾਂ 8 ਕਰਕੇ ਦੇ ਦਾਂਗੇ। ਠੀਕ ਹੈ ਜੀ, ਹਾਂ ਲਓ ਦੋਸਤੋ, ਦੁੱਧ ਵੈਸੇ 9 ਕਿਲੋ ਹੀ ਹੋਵੇ ਨਾ ਹੋਵੇ, ਤੇ 8 ਕਿਲੋ ਤੇ ਕੋਈ ਮੇਰਾ ਵੀਰ ਸੌਦਾ ਕਰ ਲਿਓ, ਭਾਵੇਂ ਧਾਰ ਬਣਾ ਮਾਰੇ ਕੋਈ। ਠੀਕ ਹੈ ਜੀ, ਠੀਕ ਹੈ ਜੀ, ਹਾਂ 8 ਕਿਲੋ ਤੇ ਦੋਸਤੋ ਭੇਜੀ ਜਾਊਗੀ ਪੰਜਾਬ ਭਰ ਦੇ ਵਿੱਚ, ਜਿੰਨਾ ਵੀ ਰੇਟ ਹੋਊਗਾ ਤੁਹਾਨੂੰ ਆਪਾਂ ਲਾਸਟ ਵਿੱਚ ਮੈਂਸ਼ਨ ਕਰ ਦਿਆਂਗੇ, ਠੀਕ ਹੈ ਜੀ। ਸੋ ਪੰਜਾਬ ਵਾਲੀ ਜਰਸੀ ਆ, ਠੀਕ ਹੈ ਜੀ, ਕੱਦ ਕੁੱਦ ਬਹੁਤ ਵੱਡਾ, ਵੱਡੇ ਕੱਦ ਕਾਠ ਦੇ ਵਿੱਚ ਆ, ਖੁੱਲਾ ਸਰੀਰ, ਚੌੜਾ ਪੁੱਠਾ, ਆਹ ਦੇਖੋ ਜੀ। ਇਹ ਫਿਰ ਅੱਗੇ ਬਣੀ ਬੁਣੀ ਦਾ ਕੋਈ ਵੇਰਵਾ ਤਾਂ ਨਹੀਂਗਾ? ਨਹੀਂ ਹਲੇ ਸੂਈ ਮੇਰੇ ਸਾ ਨਾਮ 1.5 ਮਹੀਨੇ ਦੇ ਵਿੱਚ ਆ ਇੱਥੇ ਦਾ, ਥੋੜਾ ਸਮਾਂ ਹੋਇਆ ਫਿਰ? ਹਾਂ 1.5 ਮਹੀਨੇ ਦੇ ਸੂਈ। ਠੀਕ ਹੈ ਜੀ, ਬਾਕੀ ਚਾਰ ਥਾਂ ਹੁੰਦੇ ਤੇ ਗਾਂ ਬਹੁਤ ਜ਼ਿਆਦਾ ਚੱਗੀ। ਪਿਛਲੇ ਥਾਣੋਂ ਪਿਛਲੀ ਸੂਬੇ ਦੀ ਫਿਰ ਤੇਲ ਹੋਈ ਆ? ਹਾਂ ਪਿਛਲੇ ਸੂਬੇ ਦੀ ਹੋਈ ਹੈ। ਠੀਕ ਹੈ ਜੀ, ਹਾਂ ਤਾਂ ਦੋਸਤੋ ਪਿਛਲੇ ਸੂਬੇ ਕਿਤੇ ਤੇਲ ਹੋਈ ਆ, ਫਿਲਹਾਲ ਕੋਈ 1.5 ਮਹੀਨਾ 2 ਮਹੀਨੇ ਦਾ ਸਮਾਂ ਹੋ ਗਿਆ ਹੋਊਗਾ, ਬਟ ਚਲੋ ਕੋਈ ਪ੍ਰੂਫ ਨਹੀਂਗਾ। ਫਿਰ ਵੀ ਤੁਸੀਂ 8 ਕਿਲੋ 9 ਕਿਲੋ ਦੇ ਵਿਹਾਵ ਤੇ ਸੌਦਾ ਕਰ ਲਿਓ, ਠੀਕ ਹੈ ਜੀ। ਸੋ ਮੋਸਟਲੀ ਜਿਹੜੇ ਪਾਸੇ ਬੈਠ ਕੇ ਆਪਾਂ ਚਵਾਈ ਕਰਦੇ ਹਾਂ ਉਸ ਪਾਸੇ ਜਿਹੜੇ ਥਣ ਦੇ ਬਾਅਦ ਜਿਹੜਾ ਹੈਗਾ ਦੇਖੋ, ਬਾਕੀ ਥਣ ਬਹੁਤ ਚੰਗਾ ਲੱਗਾ ਇਹਦੇ ਥਣੋਂ ਤੇਲ ਹੋ ਗਈ ਨਹੀਂ ਤੇ ਗਾਂ ਜਿੰਨੇ ਮਰਜ਼ੀ ਵੇਚ ਲਈਏ। ਹਾਂ ਤੇ ਇਹ ਕੁਲਦੀਪ ਕਿੰਨੇ ਦੀ ਹੋ ਜੂਗੀ? ਇਹਦੀ ਪਹੁੰਚ ਕਰ ਦਾਂਗੇ 20,000 ਚ ਐਂਡ ਹੀ ਹੈ ਜੀ, 20,000 ਦੇ ਵਿੱਚ। ਹਾਂ 20 ਤੱਕ ਪਹੁੰਚ, ਉਹ ਸਾਦਾ ਕਿਸੇ ਵੀਰ ਨੇ ਨਾਲ ਵੱਡੀ ਬੈੜ ਪੁਣੀ ਨਾਲੇ ਵੀ ਪਾਲੇ। ਹਾਂ ਨਾਲ ਕਈ ਉਹ ਉਧਰ ਇੱਕ ਗਾਂ ਇੱਕ ਮੱਝ ਕੱਠੀ ਪਾਲੀ। ਆਹਾ, ਉਹ ਕਿਸੇ ਨੇ ਆਪਣਾ ਸਫਰ, ਚਲੋ ਹਾਂਜੀ ਹਾਂਜੀ ਕਈ ਪਾ ਹੀ ਲੈਂਦੇ ਆ, ਪਾ ਲੈਂਦੇ। ਲਓ ਭਰਾਵੋ ਇਹ 20,000 ਦੇ ਵਿੱਚ ਮਿਲ ਜੂਗੀ ਤੁਹਾਨੂੰ, ਠੀਕ ਹੈ ਜੀ। ਬਾਕੀ ਪੰਜਾਬ ਭਰ ਦੇ ਵਿੱਚ ਪਹੁੰਚ ਹੈਗੀ, ਜਿਹੜਾ ਪਸ਼ੂ ਵੀ ਲਵੋਗੇ ਤੁਸੀਂ ਤੁਹਾਡੇ ਘਰ ਤੱਕ, ਜਿਹੜੀ ਦੱਸੇ ਰੇਟ ਦੇ ਵਿੱਚੋਂ ਕੋਈ ਵਾਧੂ ਰੇਟ ਨਹੀਂ ਲਿਆ ਜਾਊਗਾ, ਉਹਨੇ ਰੇਟ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ। ਅੱਗੇ ਆਪਣੇ ਕੋਲ ਸ਼ਾਹੀਵਾਲ ਆ ਗਿਆ ਨਾਗ ਜੀ। ਹਾਂ ਸ਼ਾਹੀਵਾਲ ਇਹ 6 ਮਹੀਨੇ ਦੀ ਗੱਭਣ ਆ, 6 ਮਹੀਨੇ ਦੀ ਗੱਭਣ। ਹਾਂ ਸੂਆ ਕਿਨਮਾ ਕਿੰਨੇ ਵਿੱਚ ਚੱਲਣ ਦੀ ਆ? ਸੂਆ ਦੂਜਾ ਆ, 6 ਮਹੀਨਾ ਜਾਣਦੇ ਆ ਇਹਨੂੰ। ਦੂਜੇ ਸੂਬੇ ਲਈ ਗੱਭਣ ਕਿ ਤੀਜੇ ਲਈ? ਤੀਜੇ ਲਈ ਗਾੜੀ ਤੇ ਪਣ ਬਤਾਣਾ ਦੂਜੇ ਲਈ ਆ। ਅੱਛਾ, ਇਹਨਾਂ ਨੂੰ ਵੀ ਆਪਣੇ ਤੋਂ ਆਈ ਆ ਮਗਰੋਂ ਹੀ ਉਹਦਾ ਪਤਾ ਲੱਗ ਹੀ ਜਾਂਦਾ। ਉਹ ਦੱਸੋ 6 ਮਹੀਨੇ ਦੇ ਵੈਸੇ ਗੱਭਣ? ਹਾਂ 6 ਮਹੀਨਾ ਜਾਣਦੇ ਆ। ਉਹ ਦੱਸੋ 6 ਮਹੀਨਾ ਜਾਣ ਦਿਆ, ਚਾਹੇ ਕੋਈ ਵੀਰ ਦੂਜੇ ਸੂਬੇ ਲਈ ਗੱਭਣ ਮੰਨ ਲੈ, ਚਾਹੇ ਤੀਜੇ ਸੂਬੇ ਲਈ ਗੱਭਣ ਮੰਨ ਲੈ, ਠੀਕ ਹੈ ਜੀ। ਤੇ ਬੰਨ ਬੁੰਨ ਉਸੇ ਤਰ੍ਹਾਂ ਝਾਲਰ, ਗਲ ਕੰਬਲ ਤੇ ਸ਼ਾਹੀਵਾਲ ਅੰਗ ਦੇ ਵਿੱਚ ਆ। ਤੇ ਦੁੱਧ ਕਿੰਨਾ ਇਸ ਵਕਤ? 5 ਕਿਲੋ। 5 ਦੋਵੇਂ ਟਾਈਮ ਮਿਲਦੀ ਆ? ਦੋਵੇਂ ਟਾਈਮ ਲਓ ਜੀ। ਹਾਂ ਸੋ 5 ਕਿਲੋ ਦੁੱਧ ਆ ਦੋਸਤੋ, ਦੋਵੇਂ ਟਾਈਮ ਮਿਲਦੀ ਆ, ਵੈਸੇ ਥਣ ਥੁਣ ਪੂਰਾ ਸਫਾਈ ਵਾਲਾ। ਹਾਂ ਅੱਛਾ ਕੁਲਦੀਪ ਭਾਈ, ਕੋਈ ਧਾਰਾਂ ਦੀ ਬਾਤ ਕਾਟ ਕੋਈ ਹੈਗੀ, ਕੋਈ ਨਜ਼ਰ ਕੋਈ ਆਈ ਕੋਈ? ਚੂਣ ਚੂਣ ਓਕੇ। ਹਾਂ ਪਰ ਇੱਕੋ ਗੱਲ ਆ ਵੀ ਥੋੜਾ ਹਿਲਦੀ ਆ, ਹਿਲਦੀ ਆ ਕਿ ਮੇਰੇ ਹੱਥ ਤੇ ਥੋੜਾ ਪਈ ਆ, ਬਾਕੀ ਜਿਹੜਾ ਵੀਰ ਭਰਾ ਗਾੜੀ ਖੜੂਗਾ ਉਦੋਂ ਦਿਹਾੜੀ ਡਾਂਗ ਜਾ ਕੇ ਕਰੂਗੀ ਤੇ ਫੇਰ ਸੁਥਰੋ ਜੀ। ਵੰਗਾ ਵੰਗਾ ਪਾਇਆ ਥੋੜੀ ਜਿਹੀ ਹਿਲਦੀ ਰਹਿੰਦੀ ਆ? ਵੰਗਾ ਪਾ ਕੇ, ਠੀਕ ਹੈ ਜੀ। ਹਾਂ ਆਪਣੇ ਥੋੜੀ ਹਿਲਦੀ ਆ ਤਾਂ ਬਗਾਨੇ ਥੋੜਾ ਹੱਥ ਦਾ ਕਰਦੀ ਆ। ਠੀਕ ਆ, ਹਾਂ ਲਓ ਜੀ ਦੋਸਤੋ, ਠੀਕ ਆ, ਬਸ ਵੰਡ ਪਾ ਕੇ ਵੰਗਾ ਥੱਲੇ ਬਹਿ ਜਾਣਾ। ਠੀਕ ਆ ਜੀ, ਹਾਂ ਦੋਸਤੋ ਥੋੜਾ ਜਿਹਾ ਹੱਥ ਦਾ ਵੀਰਾਂ ਦਾ ਵੀ ਕਰਦੀ ਆ, ਵੰਡ ਪਾ ਕੇ ਤੇ ਅੱਗੇ ਬਹਿ ਜਾਈਦਾ ਤੇ ਮਾੜਾ ਮੋੜ, ਕਿਉਂਕਿ ਮਾੜਾ ਮੋੜ ਕੇ ਨਾ ਪਸ਼ੂ ਹਿੱਲਦਾ ਜੁਲਦਾ, ਉਹ ਵਿੱਚ ਨੋਟ ਤੁਹਾਨੂੰ ਕਰਾਤਾ, ਕਿਉਂਕਿ ਬਾਅਦ ਵਿੱਚ ਇੱਥੇ ਆਣ ਕੇ ਦੂਰੋਂ ਨੇੜਿਓਂ ਕੋਈ ਆਈ ਵੀਰ ਭਲਾ ਲੈ ਹੀ ਲੈਂਦੇ ਆਂਦੇ ਕੋਈ ਨਹੀਂ ਚੋਲਾਂਗੇ, ਪਰ ਹੋਰ ਮਹੀਨਾ ਚੱਲ ਤੇ ਮਹੀਨੇ ਨੂੰ ਭੱਜ ਹੀ ਜਾਊ, ਇਹਨੂੰ ਵੀ ਅਸੂਨ ਵਾਲੀ ਢੱਗੀ ਆ। ਬਸ ਟਾਈਮ ਤਾਂ ਖਿੱਚ ਕੇ ਲੈ ਗਈ ਆ। ਹਾਂ ਰਹਿ ਗਿਆ ਆਪਾਂ ਇਦਾਂ ਦਿੱਤੀ ਸੀ ਕਿਤੇ, ਉਹ ਵੀ ਆਂਦੇ ਨਹੀਂ ਸਾਨੂੰ ਆਉਂਦੇ ਸੀ ਆਪੇ ਚੋਲਾਂਗੇ, ਉਹਨਾਂ ਚੋ ਹੀ ਲਈ। ਨਹੀਂ ਚੋਣ ਨੂੰ ਤਾਂ ਕਿਹੜੀ ਗੱਲ, ਚੋਣ ਨੂੰ ਤਾਂ ਬੜੇ ਵੀਰ ਬੈਠੇ ਆ, ਖਿਡਾਰੀ ਬੈਠੇ ਆ, ਚੋਣ ਦੀ ਤਾਂ ਕੋਈ ਬਾਕੀ ਆ ਗਈ ਚੰਗੀ ਆ ਸਾਰੀ। ਠੀਕ ਆ ਜੀ, ਹਾਂ ਤੇ ਇਹ ਆਪਾਂ ਕਿੰਨੇ ਦੀ ਦਵਾਂਗੇ ਵੀਰ ਕੁਲਦੀਪ? ਇਹਦੀ 25,000 ਚ ਪਹੁੰਚ ਕਰਾਂਗੇ। 25,000 ਚ ਜਾਓ ਖੋਲ ਕੇ ਤੋਰ ਕੇ ਦਿਖਾਈਏ। ਲਓ ਦੋਸਤੋ 25,000 ਦੇ ਵਿੱਚ ਪਹੁੰਚ ਹੋਊਗੀ, ਤੇ ਓਵਰਆਲ ਤੁਹਾਨੂੰ ਜਿਹੜੀ ਆ ਸਾਰੀ ਡਿਟੇਲ ਮਿਲ ਹੀ ਚੁੱਕੀ ਆ, 6ਵੇਂ ਮਹੀਨੇ ਤੇ ਚੱਲ ਰਹੀ ਆ, 5 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਆ, ਕਿਤੇ ਨਾ ਕਿਤੇ ਵੰਗਾ ਪਾ ਕੇ ਤੇ ਮਾੜਾ ਮੋੜ ਕਿਤੇ ਨਾ ਕਿਤੇ ਲੱਤ ਜੀ ਹਿਲਾਉਂਦੀ ਆ ਨੋਰਮਲ ਜੀ, ਜਿਵੇਂ ਕਿਸੇ ਵੀਰ ਨੇ ਆਣ ਕੇ ਤੁਸੀਂ ਦੇਖ ਹੀ ਲੈਣੀ ਆ। ਤੇ 6 ਮਹੀਨੇ ਦੀ ਗੱਭਣ ਆ, ਵੈਸੇ ਪਿਛੇ ਸਮਾਂ ਜਿਹੜਾ ਕੋਈ 3 ਕੁ ਮਹੀਨੇ ਦਾ ਹਜੇ ਪੈਂਡਿੰਗ ਆ।
ਲਓ ਜੀ ਸ਼ਾਹੀਵਾਲ ਅੰਗ ਦੇ ਵਿੱਚ ਆ, ਠੀਕ ਹੈ ਜੀ। ਵੀਰ ਸ਼ਾਹੀਵਾਲ ਲੱਭਦੇ ਰਹਿੰਦਾ, ਸ਼ਾਹੀਵਾਲ ਚਾਹੀਦੀ ਹੈ। ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ, ਗਾਹਕ ਖਰੀਦਦਾਰ ਦੋਸਤੋ ਹਰ ਪ੍ਰਕਾਰ ਦਾ ਸ਼ਾਹੀਵਾਲ ਬੈਡ ਵੀ ਚਾਹੀਦੀ ਹੈ। ਇਹ ਤੁਹਾਨੂੰ ਪਤਾ ਵੀ ਇਹ ਸ਼ਾਹੀਵਾਲ ਮਾੜਾ ਮੋੜਾ ਹੱਥ ਦਾ ਕਰਦੀਆਂ ਕਰਦੀਆਂ ਜੀ, ਇਹ ਮਾੜਾ ਮੋੜ ਕਰਦੀਆਂ ਜੀ। ਹਾਂ ਮਾੜਾ ਮੋੜ ਥੋੜਾ ਜ਼ਿਆਦਾ, ਜਿੰਨੀਆਂ ਜ਼ਿਆਦਾ ਪਿਓਰ ਹੋਈ ਜਾਂਦੀਆਂ ਨੇ ਥੋੜੀ ਜੀ ਕਰਦੀਆਂ ਹਲਕਤ ਜੀ ਮਨਾਉਂਦੀਆਂ। ਹਾਂ ਤੇ 25,000 ਦੇ ਵਿੱਚ ਪਹੁੰਚੋ ਜੀ, ਇਹ 25,000 ਚ ਪਹੁੰਚ ਕਰਾਂਗੇ। ਥਣਾਂ ਦੀ ਗਰੰਟੀ ਫੁੱਲ ਹੋਊਗੀ, ਸੂਣ ਵਾਲੀ ਦੀ ਵੀ ਹੋਵੇ ਆਪਦੀ, ਭਾਵੇਂ ਚੈੱਕ ਕਰਾ ਕੋਈ ਲੈ ਜੇ, ਤੇ ਬਾਕੀ ਜੋ ਆਪਾਂ ਦੱਸਤਾ ਵੀ ਮਾੜੀ ਜੀ ਹਿੱਲੂਗੀ ਬਗਾਨੇ ਬੰਦੇ ਤੋਂ। ਹਾਂ ਵੀ ਹੋ ਸਕਦਾ ਬਾਅਦ ਘਰੇ ਕਿਤੇ ਦਾ ਭੇਤ ਪੈ ਗਿਆ, ਹਾਂ ਤੇ ਰਚਵੇਂ ਚ ਗਈ ਤੇ ਮਾੜਾ ਮੋੜਾ ਫੇਰ ਰੜ ਜੂਗੀ, ਸੈੱਟ ਹੋ ਜੂਗੀ। ਲਓ ਵੀ ਭਰਾਵੋ, ਬਾਕੀ ਗੱਬਣ ਚੈੱਕ ਪਾਸ ਆ, ਪਰ ਕਿਸੇ ਵੀਰ ਨੇ ਆਪਣੀ ਡਾਕਟਰ ਤੋਂ ਚੈੱਕ ਕਰਵਾਉਣੀ ਆ, ਚੈੱਕ ਕਰਕੇ ਲਿਜਾਣੀ ਆ, ਉਹ ਤੁਹਾਡੀ ਜ਼ਿੰਮੇਵਾਰੀ ਆ। ਆਪਣਾ ਉਹ ਕ੍ਰਾਈਟੇਰੀਆ ਜਿਹੜਾ ਹੈਗਾ ਜ਼ਰੂਰ ਤੁਸੀਂ ਪੂਰਾ ਕਰ ਲਿਓ। ਹਾਂਜੀ ਤੇ ਵੈਡ ਓਵਰਆਲ ਸਾਰੀ ਚੰਗੀ ਆ ਸ਼ਾਹੀਵਾਲ ਅੰਗ ਦੇ ਵਿੱਚ। ਇਸ ਤੋਂ ਬਾਅਦ ਕੁਲਦੀਪ, ਆ ਆਪਣੇ ਕੋਲ ਇੱਕ ਗੱਬਣ ਝੋਟੀ ਖੜੀ ਆ। ਹਾਂ ਗੱਬਣ, ਇਹਦਾ ਕੀ ਰਿਕਾਰਡ, ਕੀ ਡਿਟੇਲ? ਇਹ ਹਫਤਾ ਲੈ ਜੂਗੀ। ਲਓ ਜੀ ਇੱਕ ਹਫਤਾ ਹਜੇ ਸਮਾਂ ਦੋਸਤੋ ਪੇਂਡਿੰਗ ਆ ਇਹਦਾ, ਬਾਕੀ ਠੰਡੀ ਸੀ ਇਹ। ਇਹ ਸੂਏ ਕਿਨਵੇਂ? ਦੂਜਾ ਸੂਆ। ਲਓ ਜੀ ਹਲੇ ਢਿੱਲਾ ਬਣੀਆਂ ਆ, ਢਿੱਲ ਤੇ ਬਹੁਤ। ਲਓ ਜੀ ਇਹਦਾ ਬੁੱਕਾਂ ਦੇ ਬੁੱਕ ਢਿੱਲਾ ਹਜੇ। ਹਾਂ ਆ ਲਓ ਜੀ, 10 ਦਿਨ ਲੈ ਜੂ ਘੱਟੋ ਘੱਟ। ਹਾਂ ਇੰਨੇ ਕੁ ਲੈ ਜਾਊਗੀ। ਲਓ ਜੀ ਹਫਤਾ ਲੈ ਜੇ, 10 ਦਿਨ ਲੈ ਜੇ, ਇੱਥੇ ਲੈ ਜੂਗੀ। ਲਓ ਦੋਸਤੋ ਝੋਟੀ ਇਹ ਵੀ ਖਰੀ ਆ, ਇੱਕ ਵਾਰੀ ਫੇਸ ਕੁਆਲਿਟੀ ਦਿਖਾਉਣੀ ਆ ਤੁਹਾਨੂੰ, ਬਿਲਕੁਲ ਛੋਟਾ ਜਿਹਾ ਸਿੰਗ ਆ, ਠੀਕ ਆ ਜੀ। ਜਿਵੇਂ ਬਿਲਕੁਲ ਗੁਲਾਈ ਦੇ ਵਿੱਚ ਤੇ ਬੈਕ ਸਾਈਡ ਤੋਂ ਜਿਵੇਂ ਸਪਰਿੰਗ ਬਣਿਆ ਹੁੰਦਾ, ਛੋਟਾ ਸਿੰਗ, ਛੋਟੀ ਜੀ ਬੂਥੀ, ਬਿਲਕੁਲ ਬਲੈਕ ਮੱਥਾ, ਸ਼ਾਹੀ ਸ਼ੂਈ ਪੂਰੀ ਆ ਝੋਟੀ ਦੇ ਵਿੱਚ, ਬਾਕੀ ਚਮੜੀ ਬੜੀ ਪਤਲੀ ਬੜੀ ਆ। ਆ ਦੇਖੋ, ਠੀਕ ਹੈ ਜੀ। ਤੋ ਲੜਾ ਲੁੜਾ ਕਾਫੀ ਜ਼ਿਆਦੀਆਂ, ਬੈਕ ਸਾਈਡ ਨੂੰ ਜੱਡਾ ਕਰਮਾਂ ਵਾਲੀ ਪੂਰਾ ਖਿੱਚੂਗੀ, ਕਿਉਂਕਿ ਢਿੱਲ ਬਹੁਤ ਜ਼ਿਆਦਾ ਬਖਾਲੇ ਦੇ ਵਿੱਚ। ਲੈ ਵੀਰ ਕੁਲਦੀਪ ਮਾੜਾ ਕਰਾਈਏ ਦਰਸ਼ਨ ਖੋਲ ਕੇ। ਸਿੰਗਲ ਹੱਡੀ ਦੇ ਵਿੱਚ ਆ ਦੋਸਤੋ, ਪਤਲਾ ਪਿੰਡਾ ਸਿੰਗਲ ਹੱਡੀ ਆ, ਤੇ ਇਹ ਵੀ ਪੰਜਾਬ ਭਰ ਦੇ ਵਿੱਚ ਪਹੁੰਚ ਹੋਊਗੀ, ਜੋ ਵੀ ਰੇਟ ਇਹਦਾ ਦੱਸਿਆ ਜਾਊਗਾ ਉਹਦੀ ਪਹੁੰਚ ਹੋਊਗੀ, ਠੀਕ ਆ ਜੀ। ਆਪਾਂ ਤੁਹਾਨੂੰ ਰੇਟ ਪੁੱਛ ਕੇ ਲਾਸਟ ਵਿੱਚ ਦੱਸ ਦਿੰਦੇ ਹਾਂ, ਬਾਕੀ ਇੱਕ ਵਾਰੀ ਤੁਸੀਂ ਤੋਰਾ ਤੁਰਾ ਇੱਕ ਵਾਰੀ ਚੈੱਕ ਕਰੋ। ਆ ਦੇਖੋ ਜੀ, ਹੁਸਨ ਹਸਨ ਪੂਰਾ ਹੈ ਝੋਟੀ ਦੇ ਵਿੱਚ ਦੋਸਤੋ, ਬਿਲਕੁਲ ਸ਼ਕੀਨੀ ਵਾਲੇ ਪਾਸਿਓਂ ਪੂਰੀ ਚਿੱਬ ਕੱਢ ਆ, ਬਹੁਤ ਵਧੀਆ ਖੂਬਸੂਰਤ। ਕਈ ਵੀਰ ਦੁਧਾਰੂ ਪਸ਼ੂ ਲੱਭ ਰਹੇ ਹੁੰਦੇ ਆ ਤੇ ਨਾਲ ਦੀ ਨਾਲ ਸ਼ਕੀਨ ਪਸ਼ੂ ਨੂੰ ਵੀ ਤਵੱਜੋ ਦਿੰਦੇ, ਪਸ਼ੂ ਸ਼ਕੀਨ ਵੀ ਲੱਗੇ ਖੜਾ ਖਲੋਤਾ। ਆ ਦੇਖੋ ਸੁੱਟਾਂ ਚਾ ਢੂੰਚਾ ਜਿਹੜਾ ਦੋਸਤੋ ਝੋਟੀ ਦਾ ਚੰਗਾ ਬਖਾਲਾ, ਜਿੰਨਾ ਹੀ ਅੱਗੇ ਉਹਨਾਂ ਪਿੱਛੇ ਬਣਾ ਕੇ ਤਿਆਰ ਕਰੂਗੀ। ਬਾਕੀ ਗੱਬਣ ਕਰਕੇ ਆ ਜਾ, ਸੂਈ ਹੋਵੇ ਝੋਟੀ ਜਿੰਨੇ ਮਰਜ਼ੀ ਵੇਚ ਲਈਏ, ਗੱਬਣ ਤਾਂ ਲੋਕ ਆਉਂਦੇ। ਚੱਲ ਕੁਲਦੀਪ, ਅਜੇ ਤਾਂ ਇਹਨੇ ਪਿੱਛੋਂ ਬਣਾਉਣਾ, ਹਜੇ ਤੈਨੂੰ ਕਿਹੜਾ ਪਤਾ ਵੀ ਇੱਥੇ ਕਿਸੂ ਪੈਣੀ ਆ? ਨਹੀਂ ਨਹੀਂ ਹਲੇ ਤਾਂ 10 ਦਿਨਾਂ 12 ਤਾਂ ਹੁੰਦਾ, 10 ਦਿਨਾਂ ਮਗਰ ਦੇ ਘਰ ਵਾਲੇ ਆ, 11-12 ਕਿਲੋ ਪਹਿਲਾਂ ਨੇ ਦਿੱਤਾ ਵਾ। ਹਾਂ ਠੀਕ ਆ ਯਾਰ, ਕੀ ਵਾਧੀ ਦੇਊਗੀ ਇਹ? ਆਪਾਂ ਅੱਜ ਕਿੰਨੇ ਦੀ ਦੇ ਦਈਏ? ਬਿਲਕੁਲ ਰੇਤਾ ਰੂਤਾ ਕਰਕੇ ਜਾਇਆ ਜੂ, 95 ਦੀ ਪਹੁੰਚ ਕਰਦੀ ਹੈ, 1000 ਛੱਡ ਦਾਂਗੇ, 94 ਦੀ ਕਰ ਦਈਏ, 94 ਦੀ ਪਹੁੰਚ। ਲੈ ਵੀ ਹਾਂ, ਤੇਰਾ ਮਤਲਬ ਇਹ ਵੀ ਪਾ ਲਾ ਵੀ ਪੰਜਾਬ 'ਚ ਕਿਸੇ ਕੋਨੇ ਤੇ ਜਾਣੀ ਆ, ਜਿੱਥੇ ਮਰਜ਼ੀ ਚੱਲ ਜੇ ਪੰਜਾਬ, ਭਾਵੇਂ ਕਿਸੇ ਟਾਈਮ ਤੇ ਮਤਲਬ 5,000 ਲੱਗਦਾ, ਕਿਤੇ 7,000 6,000 ਕਿਰਾਏ ਵੀ ਲੱਗਦਾ, ਉਹ ਕਿਰਾਏ ਉਹ ਵਿੱਚ 94,000 'ਚ ਪਹੁੰਚ। ਲਓ ਵੀ ਦੋਸਤੋ, 94,000 ਦੇ ਵਿੱਚ ਪਹੁੰਚ ਆ ਪੂਰੇ ਪੰਜਾਬ ਭਰ ਦੇ ਵਿੱਚ। ਸੋ ਝੋਟੀ ਤੁਸੀਂ ਦੇਖ ਲਈ ਆ, ਬਾਕੀ ਵੇਖਣਾ ਨਰਕ ਪਰਖ ਕਰਨੀ ਉਹ ਤੁਹਾਡਾ ਫਰਜ਼ ਬਣਦਾ, ਪਹੁੰਚ ਬੇਸ਼ੱਕ ਮੇਰਾ ਵੀਰ ਵਿੱਚ ਹੈਗੀ ਇਨਕਲੂਡ ਆ, ਬਟ ਇੱਥੇ ਆਣ ਕੇ ਜਿਹੜੀ ਆ ਨਰਕ ਪਰਖ ਕਰਨੀ ਆ। ਵੀਰ ਭਰਾ ਕੋਈ ਇੱਕਦਮ ਗਾਊਗਾ, ਆਪਦੇ ਘਰੇ ਜਾ ਕੇ ਲਾਗੇ ਤੇ ਆਪਦੇ ਥਾਂ ਤੇ ਪਲੇ ਉਸੇ ਵੇਲੇ। ਆ ਠੀਕ ਆ, ਹਾਂ ਤੇ ਬਾਕੀ ਭਾਰ ਪਿੱਛੇ ਦੀ ਆਪਣੀ ਜ਼ਿੰਮੇਵਾਰੀ, ਭਾਰ ਪਿੱਛੇ ਦੀ ਆਪਣੀ, 2 ਦਿਨ ਦੀ ਆਪਣੀ ਗਰੰਟੀ ਆ। ਮੁੜ ਕੇ ਜੇ ਗਾੜੀ ਵੱਧ ਘੱਟ ਕਈ ਯਾਰ ਗਰਮ ਚੀਜ਼ ਪਾਉਂਦੇ ਆ, ਮੁੜ ਕੇ ਆ ਦਿੰਦੇ ਆ। ਚਲੋ ਇਹਨਾਂ ਪਤਾ ਨਹੀਂ ਅੰਦਰ ਬੱਚਾ ਪਲਿਆ, ਹਾਂ ਇਹਨਾਂ ਬਾਅਦ ਵਿੱਚ, ਬਾਕੀ ਜਿਹੜੀ ਭਾਰ ਪਾਉਂਦੀ ਉਹ ਉਦੋਂ ਹੀ ਪਤਾ ਲੱਗ ਜਾਂਦਾ ਵਾ। ਆ ਸਹੀ ਹੈ ਜੀ, ਉਹ ਸਾਰ ਸੂਰ ਇੰਨੀ ਢਿੱਲੀ ਹੋਈ ਹੁੰਦੀ ਆ, ਉਸੇ ਵੇਲੇ ਪਤਾ ਲੱਗ ਜਾਂਦਾ ਵਾ। ਲਓ ਦੋਸਤੋ, ਬਿਲਕੁਲ ਕਸਮੀ ਸਾਰ ਆ, ਸੂਸਾ ਤੁਸੀਂ ਵੇਖ ਸਕਦੇ, ਪੂਰੀ ਟਾਇਟ ਆ, ਕਸਮੀ ਆ,
ਕਿਸੇ ਤਰ੍ਹਾਂ ਦੀ ਵੈਸੇ ਅਚਾ ਨਹੀਂ ਹੈਗੀ ਕਿ, ਪਰ ਫਿਰ ਵੀ ਆਪਣੀ ਤੁਸੀਂ ਘਰੇ ਮੰਗਾ ਕੇ ਟਿੱਪ ਕੇ ਤਸੱਲੀ ਕਰ ਲਿਓ, ਇੱਥੇ ਆਣ ਕੇ ਕਰ ਲਿਓ। ਤੇ ਕੁਲਦੀਪ ਇਹਨੂੰ ਝੋਟੀ ਨੂੰ ਇਹਨੂੰ ਹਲਾਈ ਮਾੜਾ ਜਿਹਾ ਕਰੀ, ਮੂੰਹ ਮੱਥਾ ਦਿਖਾਈਏ ਝੋਟੀ ਦਾ। ਆਹ ਲਓ ਵੀ ਦੋਸਤੋ, ਠੀਕ ਆ, ਬੜੀ ਪਿਆਰੀ ਝੋਟੀ, ਨੀਲੀ ਦੀ ਝੋਟੀ ਆ ਦੋਸਤੋ। ਅੱਖ ਬਿੱਲੀ ਮਣਕੀ, ਬੱਗੀ ਮੁੱਛ, ਹੱਥ ਯਾਰ ਤੇ ਮੱਥੇ ਬਲ, ਆਹ ਵੇਖੋ ਜੀ ਬੜੀ ਪਿਆਰੀ ਝੋਟੀ ਆ। ਸੋ ਨੀਲੀ ਦੀ ਝੋਟੀ ਆ, ਪੂਰਾ ਬਾਡੀ ਸਟਰਕਚਰ ਜੇਕਰ ਆਪਾਂ ਗੱਲ ਕਰੀਏ ਤੇ ਫਿਗਰ ਵੇਖੋ ਦੋਸਤੋ, ਪੂਰੀ ਰਾਜੀ ਫੁੱਲ ਵਜਨ ਵੱਟੇ ਵਾਲੀ ਝੋਟੀ ਆ, ਤਾਜ਼ੀ ਸੂਈ ਆ, ਉਹ ਆਪਾਂ ਵੇਰਵਾ ਬਾਅਦ ਚ ਪੁੱਛ ਲੈਂਦੇ ਆ। ਇੱਕ ਵਾਰੀ ਤੁਹਾਨੂੰ ਥੋੜੇ ਆਪਾਂ ਥਣਾਂ ਵਾਲੇ ਪਾਸੇ ਦਿਖਾ ਦਈਏ, ਇਹਦੀਆਂ ਧਾਰਾਂ ਮੜੀਆਂ ਮਹਾਰਾਜ ਦੇ, ਕਈ ਵੀਰ ਭਾਵੇਂ ਮੁੜ ਕੇ ਆਦਤ ਦੇ ਵੀ ਲਾਓ ਬੱਚਾ ਜੀ। ਹਾਂ ਬੱਚਾ ਲਾ ਕੇ ਦੋਸਤੋ, ਨਾਲ ਦੀ ਨਾਲ ਇੱਕ ਵਾਰੀ ਧਾਰਾਂ ਮਰਵਾ ਦਿੰਦੇ ਆ। ਝੋਟੀ ਬਿਲਕੁਲ ਸੱਜਰ ਸੂਈ ਆ, ਤਾਜ਼ੀ, ਕਿਉਂਕਿ ਮੋਸਟਲੀ ਜ਼ਿਆਦਾਤਰ ਵੀਰ ਇਹ ਵੀ ਪਸ਼ੂ ਸੋਏ ਸਵਾਈ ਦਾ ਸੌਦਾ ਕਰਦੇ ਆ, ਤੇ ਬਿਲਕੁਲ ਸੂਈ ਸਵਾਈ ਝੋਟੀ ਆ, ਨਾਲ ਦੀ ਨਾਲ ਤੁਹਾਨੂੰ ਧਾਰਾਂ ਮਾਰ ਕੇ ਦਿਖਾਉਂਦੇ ਆ ਆਪਾਂ। ਕਈ ਮੁੜ ਕੇ ਆਉਂਦੇ ਕਿਹਦਾ ਬੱਚਾ ਲੈਂਦੀ ਜਾਂ ਨਹੀਂ। ਹਾਂਜੀ ਹਾਂਜੀ, ਕੋਈ ਤਰ੍ਹਾਂ ਦੇ ਸ਼ੱਕ ਹੁੰਦੇ ਆ ਜੀ। ਹਾਂ ਆ ਲਓ ਜੀ, ਬੱਚਾ ਕਰਮ ਵਾਲੀ ਨੇ ਲਿਆ ਥੱਲੇ, ਧਾਰ ਵੀ ਲੈਂਦੀ ਆ, ਕਿਉਂ ਉਹਨੂੰ ਤਾਂ ਭਾਵੇਂ ਇਹਨੂੰ 10 ਚੋਲਾ ਦਿਹਾੜੀ ਦੀ। ਅੱਛਾ ਤੇ ਬੋਲਾ ਕੁਲਦੀਪ ਦੇ ਥੱਲੇ ਕਿੰਨਾ ਕੇ? 7 ਕਿਲੋ ਬੋਲਾ ਹੋਊਗਾ। ਅੱਜ ਕਿੰਨਵੇਂ ਦਿਨ ਚ? ਅੱਜ ਚੌਥਾ ਦਿਨ ਹੋ ਗਿਆ ਇਹਨੂੰ। ਚੌਥੇ ਦਿਨ ਦੀ ਸੂਈ ਆ। ਹਾਂ ਆਪਣੇ ਆਪ ਹੀ ਸੂਈ ਸੀ, ਆਪਾਂ ਸੂਈ ਸੂਈ ਲਿਆਂਦੀ ਅੱਗੋਂ? ਨਹੀਂ ਸੂਈ ਲਈ ਆ। ਅੱਛਾ, ਜੇਰ ਜੂਰ ਪੈ ਗਈ ਵਧੀਆ? ਜੇਰ ਜੂਰ ਪਈ, ਓਕੇ ਚੱਲ ਲਓ ਵੀ ਭਰਾਵੋ, ਠੀਕ ਆ ਜੀ। ਸੋ ਵਰਦੀ ਵੁਰਦੀ ਤੁਹਾਨੂੰ ਵਿਖਾਵਾਂਗੇ ਸਾਰੇ ਵੀਰਾਂ ਨੂੰ, ਬਾਅਦ ਵਿੱਚ ਕਿਸੇ ਦੇ ਮਨ 'ਚ ਕੋਈ ਡਾਊਟ ਨਾ ਰਵੇ। ਵੈਸੇ ਪੈਸੇ ਦੋਸਤੋ ਲੱਖਾਂ ਰੁਪਈਏ ਲੱਗ ਜਾਂਦੇ ਆ ਪਸ਼ੂ 'ਤੇ, ਇੰਨਾ ਗਰੇਜ ਨਾ ਕਰਿਆ ਕਰੋ, ਲਾਪਰਵਾਹੀ ਨਾ ਵਰਤਿਆ ਕਰੋ। ਵਪਾਰੀ ਵੀਰ ਆਪ ਤਸੱਲੀ ਕਰਕੇ ਲੈ ਕੇ ਆਉਂਦੇ ਆ, ਤੁਸੀਂ ਵੀ ਅੱਗੋਂ ਤਸੱਲੀ ਕਰਕੇ ਲੈ ਕੇ ਜਾਓ। ਬਾਕੀ ਥਣ ਥੁਣ ਵੇਖੋ ਕਰਮ ਵਾਲੀ ਕਿਹੋ ਜਿਹਾ ਪੁੱਟਦੀ ਆ, ਆਹ ਵੇਖੋ ਬਾਕੀ ਵਾਲੇ ਭਲਾ ਭਲਾਈਆਂ ਥੋੜ੍ਹਾ ਥੋੜ੍ਹਾ। ਹਾਂ ਨੋਰਮਲ ਜਿਹੜੀਆਂ ਅਗਲੇ ਥਣ ਦੇ ਵਿੱਚ ਦੋਸਤੋ ਭਲਾ ਭਲਾ ਨਜ਼ਰ ਆਉਣਗੀਆਂ, ਅੱਜ ਤੀਜਾ ਦਿਨ ਆ ਤੇ ਪੇਠਪੁੜੇ ਤੋਂ ਕਰਮ ਵਾਲੀ ਪੂਰੀ ਆ। ਕੁਲਦੀਪ ਪਲੀ ਵੀ ਲੱਗਦੀ ਮੈਨੂੰ ਤਾਂ, ਚਾਰ ਜ਼ੋਰ ਤੇ ਆ। ਹਾਂ ਪਲੀ ਪੂਰੀ ਆ ਦੇ, ਸੰਭੀ ਤੇ ਬੜੀ ਆ, ਸੰਭੀ ਸੁੰਭੀ ਬੜੀ ਆ, ਬੜੀ ਬੜੀ ਝੋਟੀ ਲੋਕ ਜੋਸ ਘੋੜੀ ਵਰਗਾ ਸਰੀਰ ਵੇ ਹੱਤੋਂ ਦਾ। ਤੇ ਪਸਮਾ ਤੋਂ ਬਾਅਦ ਆਹ ਥਾਣਾ ਦੋਸਤੋ, ਵੇਖੇ ਧਾਰਾ ਧੁਰਾ ਮਾਰ ਕੇ ਤੁਹਾਨੂੰ ਦਿਖਾਉਣੇ ਆਪਾਂ। ਆਹ ਲਓ ਜੀ, ਠੀਕ ਆ ਜੀ। ਕਿਉਂ ਤੇ ਬਹੁਤ ਜ਼ਿਆਦਾ ਮੋਗਾ ਚਵਾਈ ਕਹਿ ਦਿੰਦੇ ਆ, ਮੋਗਾ ਚਵਾਈ, ਕੋਈ ਭੋਰ ਨਹੀਂ, ਕੋਈ ਛੱਟਾ ਨਹੀਂ, ਮੋਟੀ ਗੰਨੇ ਵਰਗੀ ਤੇ ਪੋਲੀ ਰੂੰ ਵਰਗੀ। ਆਹ ਲਓ ਜੀ, ਭੋਰ ਛੱਟਾ ਜੇ ਥਾਣ ਵੱਧ ਘੱਟ ਹੋਵੇ ਉਹ ਗਰੰਟੀ ਆਪਣੀ ਤੈਨੂੰ ਲੈ ਜੀ। ਹਾਂ ਮਾਰ ਲਓ ਦੋਸਤੋ ਸੌਦਾ ਪਹਿਲੀਆਂ ਦੇ ਵਿੱਚ, ਠੀਕ ਆ ਜੀ, ਕਿਉਂਕਿ ਪੈਸੇ ਹਰ ਇੱਕ ਨੇ ਲਾਉਣੇ ਆ, ਚੰਗਾ ਪਸ਼ੂ ਤੁਹਾਨੂੰ ਲੱਭਣਾ ਬੜਾ ਔਖਾ ਹੈ। ਇਹ ਨਹੀਂ ਪਹਿਲਾਂ ਕਈ ਕੁੜੀਆਂ ਲੱਤਾਂ ਹੀ ਮਰੀ ਜਾਂਦੀਆਂ ਤੈਨੂੰ ਪਤਾ ਹੀ ਆ, ਦਸ ਦਸ ਦਿਨ ਰੋਗੀ ਨਹੀਂ ਆਉਂਦੀਆਂ। ਲੈ ਜੀ, ਇਹਨੂੰ ਤਾਂ ਭਾਵੇਂ 10 ਚੋਲਾ ਦਿਹਾੜੀ ਦੀ, ਠੀਕ ਹੈ, ਬਿਲਕੁਲ ਦੋਸਤੋ ਧਾਰ ਧੂਰ ਤੇ ਲੱਗੀ ਕਰਮਾਂ ਵਾਲੀ ਤੇ, ਮਗਰ ਕੱਟੀ ਬੜੀ ਸੋਹਣੀ ਆ, ਕੱਟੀ ਵੀ ਇੱਕ ਰੰਗ ਬਿਲਕੁਲ ਬਲੈਕ ਹੀ ਆ, ਜਿਹੋ ਜਿਹਾ ਚਲੋ ਟੀਕਾ ਲਵਾ ਦਾ ਕਿਸੇ ਨੇ ਲਾ ਲੈ, ਮੂੰਹ ਮਾਂ ਵੀ ਫੜਾਉਂਦੀ ਆ, ਫੜਾਉਂਦੀ ਮੂੰਹ ਵੀ ਨਹੀਂ ਰੇਡੀ, ਮੈਂ ਕੁੜੀ ਆ ਲਾਗੇ ਆਉਂਦੇ ਲਾ, ਜਿੱਦਾਂ ਮਰਜ਼ੀ ਫੜਾ। ਲਓ ਜੀ ਤੋਰੋ ਵੀਰ, ਆਤੇ ਇੱਕ ਦੋਸਤੋ ਮਾਲੀਆਂ ਦਾ ਭੁਲੇਖਾ ਪਾਉਂਦੀ ਆ, ਮੈਂ ਪਹਿਲਾਂ ਜ਼ਿਕਰ ਕੀਤਾ ਵੀ ਚਾਰ ਚੂਰ ਤੇ ਪਲੀ ਆ, ਚੰਗੀ ਸੋਹਣੀ ਸੇਵਾ ਸੰਭਾਲ ਦੇ ਵਿੱਚੋਂ ਆਈ ਆ, ਤੇ 7 ਕਿਲੋ ਹੁਣ ਬੋਲਾ ਇਸ ਵਕਤ। ਬਾਕੀ ਦੁੱਧ ਸੇਵਾ ਦਾ ਜਿਹੋ ਜੀ ਮਿੱਠੀ ਆ, ਠੰਡੀ ਧੀਰੀ ਆ ਦੁੱਧ ਮੇਰਾ ਵੀਰ, ਭਾਵੇਂ ਕੋਈ 11 ਲੀਟਰ ਚੋਲੇ, ਭਾਵੇਂ 12 ਚੋਲੇ, ਭਾਵੇਂ 10 ਚੋਲੇ, ਠੀਕ ਆ ਜੀ, ਉਹ ਸੇਵਾ ਤੇ ਡਿਪੈਂਡ ਆ। ਫਿਲਹਾਲ ਹੁਣ ਬੋਲੇ ਤੇ ਆ, ਬੋਲਾ ਜਿੰਨਾ ਹੈਗਾ ਉਹਨਾਂ ਤੁਸੀਂ ਚੋ ਕੇ ਆਪਣੀ ਤਸੱਲੀ ਕਰ ਰਹੇ ਹੋ, ਤੇ ਕੱਟੀ ਚੰਗੀ ਆ, ਝੋਟੀ ਚੰਗੀ ਆ, ਸੂਏ ਵੀ ਮਿਲਦਾ ਕੁਲਦੀਪ, ਦੂਜੇ ਕਿਉਂ ਗਈ? ਪਹਿਲੇ ਪਹਿਲੇ ਸੂਈ ਆ, ਪਹਿਲਾਂ ਨਹੀਂ ਝੋਟੀ, ਪਹਿਲੇ ਸੂਈ ਆ। ਅੱਛਾ ਅੱਛਾ ਅੱਛਾ, ਹਾਂ ਲੈ ਵੀ ਪਹਿਲਾਂ ਨੇ ਝੋਟੀ ਆ ਦੋਸਤੋ, ਕਿਸੇ ਤਰ੍ਹਾਂ ਦੀ ਔਲ ਛੌਲ ਨਹੀਂ ਗੀ ਨਾ, ਓਕੇ। ਬਾਕੀ ਤੁਹਾਨੂੰ ਬੱਚਾ ਪਵਾ ਕੇ ਤੇ ਥਾਣਾ ਨੂੰ ਹੱਥ ਲਵਾ ਕੇ ਦੋ ਦੋ ਚਾਰ ਚਾਰ ਧਾਰਾਂ ਮਰਵਾ ਕੇ ਤਸੱਲੀ ਕਰਵਾਤੀ ਆ, ਅੱਗੋਂ ਮੇਰਾ ਵੀਰ ਤੁਸੀਂ ਆਪ ਆਪਦੀ ਸੋਚ ਸਮਝਣ ਦਾ ਸੌਦਾ ਕਰ ਲਿਓ। ਪਹਿਲਾਂ ਦੇ ਲਈ ਤਾਂ ਲਾਗੇ ਹੀ ਆਉਂਦੇ ਆ 10-10 ਦਿਨ, ਮਾਰ ਲਾ ਭਾਵੇਂ ਤੂੰ ਵੀ ਧਾਰਾਂ, ਇਹ ਆਉਂਦੀ ਗਾ ਕਿਉਂ ਜਿਹੜੀ ਚੰਗੀ ਨਿਕਲੀ, ਜਿਹੜੀ ਚੰਗੀ ਕੋਈ ਨਿਕਲਦੀ ਨੀ ਝੋਟੀ ਤੇ।
ਥਾਣ ਕੇਲੇ ਆ ਗਏ ਕਰਦੇ ਸੀ। ਅੱਛਾ ਕੁਲਦੀਪ, ਇਹ ਕਿੰਨੇ ਦੀ ਦੇ ਦੇਣੀ ਫਿਰ? ਇਹਦੀ ਲੱਖ ਦੀ ਪਹੁੰਚ ਕਰ ਦਿਆਂਗੇ, ਲੱਖ ਦੀ। ਹਾਂ, ਭਾਵੇਂ ਬੰਨੇ ਹੋਵੇ ਤੇ ਭਾਵੇਂ ਜਿੰਨੇ ਮਰਜ਼ੀ ਕੋਈ ਮੰਗੀ ਜਾਵੇ, ਠੀਕ ਆ। ਬਾਕੀ ਘਰ ਚੂੜੀ ਤੱਕ ਬਹੁਤ ਹੀ ਪਹੁੰਚਾ ਦੀ, ਚੰਗੀ ਆ ਘਰ ਤੱਕ। ਹਾਂ, ਬਾਕੀ ਹੋਰ ਵੀ ਚਲੋ ਪ੍ਰੇਮ ਪਿਆਰ ਨਾਲ ਕਿਸੇ ਨਾਲ ਸੌਦਾ ਹੋਇਆ ਤਾਂ ਮਾਰਦਨ ਕਰਦੇ ਆ। ਕੋਈ ਨਹੀਂ, ਬਾਤ ਘੱਟ ਹੋ ਜੂਗੀ ਠੀਕ ਆ, ਥੋੜੀ ਬਾਤੀ ਠੀਕ ਆ। ਜੇ ਕੋਈ ਆਖੂ ਜ਼ਿਆਦੀ, ਪਰ ਜ਼ਿਆਦੀ ਨਹੀਂ, ਤੈਨੂੰ ਵੀ ਪਤਾ ਝੂਠੀ ਬਹੁਤੀ ਜ਼ਿਆਦੀ ਚੰਗੀ ਆ। ਹਾਂ, ਤਾਂ ਦੱਸੋ 1 ਲੱਖ ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ? ਪਹੁੰਚ ਹੋ ਜੂਗੀ। ਬਾਕੀ ਫੋਨ ਕਰ ਲਿਓ ਵਿੱਚੋਂ, ਮਾਨਤਾਨ ਇੱਕ ਵਾਰੀ ਕਰਵਾ ਲਿਓ, ਛੋੜ ਛੱਪਾ ਕਰਵਾ ਕੇ ਫੇਰ ਗੱਲ ਕਰਿਓ, ਪਹੁੰਚ ਪਾਂਚ ਵਾਲੀ। ਠੀਕ ਆ ਜੀ, ਪਹੁੰਚ ਹੋ ਜੂਗੀ 1 ਲੱਖ ਦੀ, ਪ੍ਰੇਮ ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਜਿੰਨਾ ਵੀ ਛੋੜ ਛੱਪਾ ਹੋ ਜੂਗਾ ਮਾਨਤਾਨ। ਇਹ ਪਸ਼ੂ ਆ ਦੋਸਤੋ, ਇਹ ਡੰਗਰ ਨੇ ਵੀਰ ਕੁਲਦੀਪ ਸਿੰਘ ਹੋਣਾ ਦੇ ਕੋਲ ਅੱਜ ਬਕਾਊ। ਤੇ ਕੁਲਦੀਪ ਇੱਕ ਨੰਬਰ ਬੋਲਦੇ ਵੀਰ, ਨੰਬਰ 9456533237, ਪਿੰਡ ਬੁਰਜ ਨੱਥੂਗੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ। ਠੀਕ ਹੈ ਜੀ, ਲਓ ਵੀ ਦੋਸਤੋ, ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ, ਵਿਕਰੀ ਵਾਲੇ ਨਾਗ ਕੋਈ 5-6 ਨਾਗ ਆਪਾਂ ਤੁਹਾਨੂੰ ਹਰ ਕਪੂਰ ਦੇ ਵਿੱਚੋਂ ਦਿਖਾ ਦਈਦੇ ਆ। ਅੱਜ ਵੀ ਤਕਰੀਬਨ ਇਹ 6 ਨਾਗ ਨੇ, ਸਾਰੇ ਪਸ਼ੂ ਸੋਏ ਆ ਇੱਕ ਝੋਟੀ ਨੂੰ ਛੱਡ ਕੇ। ਪਸ਼ੂ ਚੰਗੇ ਲੱਗੇ ਹੋਣਗੇ ਦੋਸਤੋ, ਜਿੰਨੇ ਵੀਰ ਵੀਡੀਓ ਵੇਖਦੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹੁੰਦੇ ਆਪਾਂ ਵੀ ਬੜੇ, ਠੀਕ ਹੈ ਜੀ, ਟਾਈਮ 'ਚੋਂ ਟਾਈਮ ਕੱਢ ਕੇ ਸਾਰੇ ਭਰਾ ਵੀਡੀਓ ਵੇਖਦੇ ਆ ਅਤੇ ਚਾਹਵਾਨ ਵੀਰ ਪਸ਼ੂ ਖਰੀਦਦੇ ਆ। ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।